ਮੋਦੀ ਨੇ ਵਿਕਾਸ ਦਾ ਲਾਰਾ ਲਾ ਕੇ ਭਾਰਤੀਆਂ ਦਾ ਕੀਤਾ ਅਪਮਾਨ। ਰਾਹੁਲ ਗਾਂਧੀ 1947 ਸੇ ਲੇਕਰ ਯੂਕੇ ਕੇ ਅਕੈਡੈਮਿਕਸ ਕੀ ਅਮੇਰਿਕਾ ਕੀ ਅਕੈਡੈਮਿਕਸ ਕੋਈ ਵੀ ਕਿਤਾਬ ਪੜ੍ਹ ਲੀਜੀਏ, ਸਭ ਕੇ ਸਭ ਕਹਿਤੇ ਥੇ ਕਿ ਹਿੰਦੁਸਤਾਨ ਗਰੀਬੋਂ ਕਾ ਦੇਸ਼ ਹੈ, ਹਿੰਦੁਸਤਾਨ ਕੋ ਡੈਮੋਕ੍ਰੇਸੀ ਨਹੀਂ ਸਮਝ ਆਤੀ, ਹਿੰਦੁਸਤਾਨ ਟੁੱਟ ਜਾਏਗਾ, ਹਿੰਦੁਸਤਾਨ ਨਹੀਂ ਚੱਲ ਸਕਤਾ, ਹਿੰਦੁਸਤਾਨ ਨਹੀਂ ਡਿਵੈਲਪ ਕਰ ਸਕਤਾ। ਔਰ ਆਜ ਵਹੀ ਲੋਕ ਦਿਨ ਭਰ ਕਹਿਤੇ ਹੈ ਕਿ ਹਿੰਦੁਸਤਾਨ ਹਿੰਦੁਸਤਾਨ ਦੁਨੀਆ ਕਾ ਫਿਊਚਰ ਦਿਖਾਨੇ ਕਾ ਦੇਸ਼ ਹੈ। ਯੇ ਕੈਸੇ ਹੁਆ, ਯੇ ਕੈਸੇ ਹੁਆ, ਕਿਸਨੇ ਕੀਆ? ਨਹੀਂ, ਕਾਂਗਰਸ ਨੇ ਮਦਦ ਕੀ, ਮਗਰ ਕੀਆ ਹਿੰਦੁਸਤਾਨ ਕੀ ਜਨਤਾ ਨੇ। ਕਾਂਗਰਸ ਨੇ ਦੇਖੀਏ, ਸਮਝ ਹੋਣੀ ਚਾਹੀਏ, ਕਲੈਰਿਟੀ ਹੋਣੀ ਚਾਹੀਏ, ਯੇ ਕਾਂਗਰਸ ਨੇ ਨਹੀਂ ਕੀਆ। ਕਾਂਗਰਸ ਨੇ ਹਿੰਦੁਸਤਾਨ ਕੋ ਜੋੜਨੇ ਕਾ ਕਾਮ ਕੀਆ, ਮਗਰ ਯੇ ਕੀਆ ਤੋ ਆਪਕੇ ਮਾਤਾ ਪਿਤਾ ਨੇ ਕੀਆ, ਆਪਕੇ ਦਾਦਾ ਦਾਦੀ ਨੇ ਕੀਆ, ਆਪਕੇ ਜੋ ਐਨਸੈਸਟਰਸ ਹੈ ਉਹਨੇ ਕੀਆ। ਕੈਸੇ ਕੀਆ? ਪੰਜਾਬ ਕੇ ਖੇਤੋਂ ਮੇਂ ਕਾਮ ਕਰਕੇ, ਹਰਿਆਣਾ ਕੇ ਖੇਤੋਂ ਮੇਂ ਕਾਮ ਕਰਕੇ, ਤੇਲੰਗਾਨਾ ਕੇ ਖੇਤੋਂ ਮੇਂ ਕਾਮ ਕਰਕੇ। ਔਰ ਜੋ ਪ੍ਰਧਾਨ ਮੰਤਰੀ ਜੀ ਕਹਿਤੇ ਹੈ ਕਿ ਮੇਰੇ ਆਨੇ ਸੇ ਪਹਿਲੇ ਇਸ ਦੇਸ਼ ਮੇਂ ਕੁਛ ਨਹੀਂ ਹੁਆ, ਤੋ ਕਾਂਗਰਸ ਕੇ ਬਾਰੇ ਮੇਂ ਨਹੀਂ ਬੋਲ ਰਹੇ, ਵੋ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਇਨਸਲਟ ਕਰ ਰਹੇ।